ਅੰਮ੍ਰਿਤਸਰ ਦੇ ਹਲਕਾ ਅਟਾਰੀ ਦੀ ਨਾਉਂਦੇ ਪਿੰਡ ਰਾਮਪੁਰਾ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਇਲਜ਼ਾਮ ਲਗਾਏ ਨੇ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੋਏ ਵਕੀਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਰਾਮਪੁਰਾ ਦੀ ਉਕਤੇ ਜ਼ਮੀਨ ਤੇ ਗੁਰਦੁਆਰਾ ਸਾਹਿਬ ਦੀ ਮਾਲਕੀ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਨਾਂ ਤੇ ਹੈ ਅਤੇ ਜਿਸ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਦੇ ਕੋਲ ਹੈ। ਉੱਥੇ ਵਕੀਲ ਸਾਹਿਬ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵੱਲੋਂ ਇੱਕ ਸੁਸਾਇਟੀ ਬਣਾ ਕੇ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਦੇ ਸੰਬੰਧ ਵਿੱਚ ਥਾਣਾ ਕਬੋ ਵਿਖੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਲਈ ਕਾਰ ਸੇਵਾ ਵਾਲਿਆਂ ਨੂੰ ਸੌਂਪੀ ਹੋਈ ਹੈ ਅਤੇ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਇਮਾਰਤ ਦੇ ਲਈ ਰਕਮ ਦੀ ਰਾਸ਼ੀ ਜਲਦ ਹੀ ਗੁਰਦੁਆਰਾ ਸਾਹਿਬ ਨੂੰ ਭੇਜੀ ਜਾਵੇਗੀ। ਪਿੰਡ ਰਾਮਪੁਰਾ ਬਾਦੀ ਫਤਿਹਗੜ੍ਹ ਟੂਣੀਆਂ ਰੋਡ, ਸਾਡੇ ਪਿੰਡ ਦੀ ਜ਼ਮੀਨ ਜਿਹੜੀ ਆ 15 ਕਿੱਲੇ ਥਾਂ 16 ਕਿੱਲੇ ਜਿੱਦਾਂ ਕਬਜ਼ਾ ਕੀਤੇ ਨੂੰ 25 ਸਾਲ ਹੋ ਗਏ ਆ ਅਤੇ 25 ਸਾਲਾਂ ਦੇ ਵਿੱਚ ਇੱਕ ਦੀਵਾਨੀ ਸਾਡੇ ਪਿੰਡ ਨੂੰ ਨਹੀਂ ਦਿੱਤੀ। ਬਾਲਿਆਂ ਵਾਲੀ ਛੱਤ ਸੀ ਉਹ ਢਾਹ ਕੇ ਹੁਣ ਗੁਰਦੁਆਰਾ ਜੈਬ ਸਿੰਘ ਜੀ, ਸੰਤ ਬਾਬਾ ਸਰਦਾਰਾ ਸਿੰਘ ਜੀ ਜਿਹਨਾਂ ਨੂੰ ਕਾਰ ਸੇਵਾ ਦਿੱਤੀ ਆ ਹੁਣ ਉਹ ਕਰਵਾਉਣ ਡਏ ਆ। ਬਾਕੀ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕੋਈ 5 ਪੈਸੇ ਨਹੀਂ ਦਿੱਤੇ ਆ ਅਤੇ ਸਾਡਾ ਸੇਵਾ ਕਰਵਾਈ ਆ ਸੰਗਤਾਂ ਦੇ ਸਹਿਯੋਗ ਦੇ ਨਾਲ। ਜੋ ਇਮਾਰਤਾਂ ਬਣੀਆਂ ਕੁਛ ਘਟੀਆਂ ਨੀਹਾਂ ਪਤਾ ਚਾਹੀਦਾ ਆ ਜਾਂ ਹੋਰ ਕਿਤੇ ਪੈਸੇ ਚਾਹੀਦੇ ਆ, ਸਾਨੂੰ ਕੁਛ ਦੇਣ ਨੂੰ ਤਿਆਰ ਨਹੀਂ ਗਏ। ਉਹ ਬਾਬਾ ਕੋਲ ਡਿਗਰੀ ਆ ਅਤੇ ਸਾਨੂੰ ਫਤਿਹਗੜ੍ਹ ਚੂੜੀਆਂ ਰੋਡ ਦਿੱਤੇ ਸਾਡੇ ਗੁਰਦੁਆਰਾ ਸਾਹਿਬ ਦਾ ਝਗੜਾ ਆ। ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਹੈ 16 ਕਿੱਲੇ 15-16 ਕਿੱਲੇ ਜਗ੍ਹਾ ਆ, ਉਹ 7-8 ਲੱਖ ਰੁਪਇਆ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਠੇਕਾ ਲੈ ਕੇ ਚੱਲ ਜਾਂਦੀ ਆ ਅਤੇ 25 ਸਾਲ ਤੋਂ ਇਹਨਾਂ ਨੇ ਮੰਗਲ ਸਿੰਘ ਨੇ ਕਬਜ਼ਾ ਕੀਤਾ। ਮੰਗਲ ਸਿੰਘ ਤੋਂ ਗਾਂਹ ਇਹਨਾਂ ਇੱਕ ਵਡਾਲਾ ਉਹਦੇ ਨਾਲ ਆਪਸ ਵਿੱਚ ਕੰਪਰੋਮਾਈਜ਼ ਕਰਕੇ ਅਤੇ ਇਹਨਾਂ ਨੇ ਆਪ ਉੱਥੇ ਆਣ ਕੇ ਅਤੇ ਕਬਜ਼ਾ ਕਰ ਲਿਆ। ਉਹ ਤੋਂ ਬਾਅਦ ਬਾਲਿਆਂ ਦੀ ਛੱਤ ਸੀ, ਕੋਈ ਉੱਥੇ ਬਾਥਰੂਮ ਨਹੀਂ ਆ, ਕੋਈ ਉੱਥੇ ਮੋਟਰ ਨਹੀਂ ਆ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਆ। ਅੱਜ ਵੀ ਉਹਦੀ ਉਹ ਤੋਂ ਬਾਅਦ ਜਿਹੜੇ ਆ ਬਾਬਾ ਸਰਦਾਰਾ ਸਿੰਘ ਨੂੰ, ਸਰਦਾਰ ਬਾਬਾ ਜੈਬ ਸਿੰਘ ਜੀ, ਸੰਤ ਮਹਾਂਪੁਰਖ, ਉਹਨਾਂ ਨੂੰ ਕਾਰ ਸੇਵਾ ਦਾ ਸੇਵਾ ਕਰਨ ਵਾਸਤੇ ਮੌਕਾ ਦਿੱਤਾ ਸਾਰੇ ਨਗਰ ਨੇ। ਜਿੰਨੇ ਵੀ ਉੱਥੇ ਪੈਸਾ ਲੱਗਾ ਆ ਸਾਰੇ ਪਿੰਡ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ, ਬਾਹਰੋਂ ਅੰਦਰੋਂ ਲੱਗਾ। ਇਹ ਸ਼੍ਰੋਮਣੀ ਕਮੇਟੀ ਨੇ 1-5 ਪੈਸੇ ਵੀ 25 ਸਾਲਾਂ ਦੇ ਵਿੱਚ ਗੁਰੂ ਘਰ ਨੂੰ ਨਹੀਂ ਦਿੱਤੇ ਅਤੇ 16 ਕਿੱਲਿਆਂ ਦਾ ਠੇਕਾ ਜਿਹੜਾ ਆ ਇਹ ਸਾਲ ਬਾਅਦ ਲੈ ਕੇ ਗਾਂਹ ਜਾਂਦੇ ਆ। ਹੁਣ ਅੱਜ ਆਪਣੇ ਥਾਣੇ ਗੱਲ ਆਈ ਝਗੜਾ ਜਦੋਂ ਹੋਇਆ ਰਾਤੀ ਅਤੇ ਗੋਲਕਦਾਰ ਨੇ ਆਪ ਅੱਜ ਵੇਰਵਾ ਕੀਤਾ ਵੀ 50 ਤੋਂ 52 ਹਜ਼ਾਰ ਰੁਪਇਆ ਜਿਹੜਾ ਉਹ ਨਿਕਲਦਾ ਆ ਅਤੇ ਸਾਡੇ ਮੁਲਾਜ਼ਮਾਂ ਦੀ ਤਨਖਾਹ ਨਹੀਂ ਪੂਰੀ ਹੁੰਦੀ। 5 ਮੁਲਾਜ਼ਮ ਰੱਖੇ ਆ ਸਾਡੇ ਲਾਗੇ, ਕਲੋਨੀਆਂ ਆ, ਮਜ਼ਹਬੀ ਸਿੰਘਾਂ ਦਾ ਗੁਰਦੁਆਰਾ ਆ, ਉੱਥੇ ਇੱਕ 4,000-5,000 ਦੇ ਗ੍ਰੰਥੀ ਰੱਖਿਆ, ਉੱਥੇ ਨਾ ਕੋਈ ਚਾਰ ਦੀਵਾਰੀ ਆ, ਉੱਥੇ ਕੋਈ ਡਰ ਨਹੀਂ ਗਾ ਮਹਾਰਾਜ ਦੇ ਸਰੂਪ ਨੂੰ। ਇੱਥੇ 5 ਮੁਲਾਜ਼ਮ ਰੱਖੇ ਅਤੇ 5 ਮੁਲਾਜ਼ਮਾਂ ਦਾ ਜਿੰਨਾ ਤੁਹਾਡਾ ਠੇਕਾ ਆ ਉਹ ਸਾਰੀ ਰਕਮ ਦੇ ਨਾਲ ਠੇਕਾ ਸਾਡੇ ਮੁਲਾਜ਼ਮਾਂ ਦੀ ਖਰਚਾ ਨਹੀਂ ਪੂਰਾ ਹੁੰਦਾ। ਅਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਮੀਡੀਆ ਨੂੰ ਵੀ ਇਹ ਸਾਰਿਆਂ ਦੇ ਸਾਹਮਣੇ ਗੱਲ ਆਵੇ, ਹਰ ਇੱਕ ਦੀ ਨੌਲੇਜ 'ਚ ਆਵੇ ਅਤੇ ਇਹਨਾਂ ਨੂੰ ਕਹੋ ਆਪਣੇ ਆਪ ਹੀ ਇਹ ਕੋਈ ਸ਼ਰਮ ਕਰਨ ਥੋੜ੍ਹੀ ਬਹੁਤੀ ਵੀ ਜਿਹੜਾ 25 ਸਾਲਾਂ ਦੇ ਵਿੱਚ ਇੰਨਾ ਰੁਪਈਆ ਖਾ ਗਏ ਆ ਉਹਦਾ ਕੋਈ ਸਾਨੂੰ ਹਿਸਾਬ ਦੇਣ। ਅਸੀਂ ਹੁਣ ਇਹਨਾਂ ਦੇ ਆਪ ਅੱਕ ਕੇ ਸਾਰੇ ਨਗਰ ਨੇ ਆਖਿਆ ਵੀ ਨਾ ਇਹਨਾਂ ਨੂੰ ਗੋਲਕ ਅਤੇ ਨਾ ਇਹਨਾਂ ਨੂੰ ਠੇਕਾ ਨਹੀਂ ਦੇਣ ਦੇਣਾ, ਕਿ ਸਾਨੂੰ ਗੋਲੀਆਂ ਕਿਸੇ ਕਢਾਉਣੀ ਪਵੇ। ਕੀ ਫੈਸਲਾ ਕੀ ਨਿਬੜਿਆ ਸੀ ਉਹਨੂੰ? ਇੱਥੇ ਕੋਈ ਫੈਸਲਾ ਨਹੀਂ, ਤੁਸੀਂ ਆਪਣਾ ਵਕੀਲ ਲਾਇਓ, ਜੇ ਵਕੀਲ ਤੁਹਾਡਾ ਤੁਹਾਨੂੰ ਆਖੇ ਵੀ ਤੁਹਾਡੇ ਹੱਕ 'ਚ ਅਤੇ ਅਸੀਂ ਉਹ ਸਰ ਉਹ ਸਾਨੂੰ ਪੋਚਾ ਮਾਰ ਕੇ ਅਤੇ ਐਵੇਂ ਮਿੱਠੀਆਂ ਸੁਣਾ ਦੇ ਕੇ ਗੋਲੀਆਂ ਤਾਂ ਕੱਢਤਾ ਆ। ਇਮਾਰਤ ਦੀ ਉਸਾਰੀ ਵੀ ਹੋ ਰਹੀ ਹੈ ਉੱਥੇ, ਉਹ ਕਾਰ ਸੇਵਾ ਕਰ ਰਿਹਾ ਪਿੰਡ ਦੀ, ਨਗਰ ਦੇ ਜਿਹੜੇ ਕਿਸੇ 1,00,000 ਦਿੱਤਾ, ਕਿਸੇ 10,000 ਦਿੱਤਾ, ਕਿਸੇ 2 ਦਿੱਤਾ, ਜਿੰਨੇ ਜੋਗਾ ਕੋਈ ਉਹ ਨਗਰ ਜਿਹੜਾ ਸਾਰੀ ਬਹੁਤ ਸਹਿਯੋਗ ਦੇ ਨਾਲ ਸੇਵਾ ਦੇਣ ਡਏ ਆ ਅਤੇ ਹੁਣ ਉਹ ਇਮਾਰਤਾਂ ਦੀ ਸੇਵਾ ਚੱਲਣ ਡਈ। ਕੀ ਚਾਹੁੰਦੇ ਹੋ ਤੁਸੀਂ? ਉਹਦੇ ਫੇਸ ਨਾਲ ਸਾਨੂੰ ਸਟੇਅ ਮਿਲਿਆ, ਸਾਨੂੰ ਉਸੇ ਫੇਸ ਦੇ ਨਾਲ ਸਟੇਅ ਮਿਲਿਆ ਵੀ ਆਪ ਸੇਵਾ ਕਰਵਾਉਣ ਡਿਆ, ਇਹਨਾਂ ਇੱਕ ਦੀਵਾਨੀ ਨਹੀਂ ਦਿੱਤੀ, ਅਦਾਲਤ ਦਾ ਸਟੇਅ ਸਾਡੇ ਕੋਲ ਆ ਅਤੇ ਸਾਨੂੰ ਇਹ ਉੱਤੋਂ ਦਬਕੇ ਮਾਰਦੇ ਆ ਜੀ ਇਹ ਸਾਡੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਆ ਪੈਰ ਬੜੇ ਲੰਮੇ ਆ, ਹੱਥ ਬੜੇ ਲੰਮੇ ਆ, ਅਸੀਂ ਪਰਚੇ ਕਰਾ ਦਾਂਗੇ, ਉਹ ਕਰਾ ਦਾਂਗੇ, ਜੇ ਕਰਾ ਦਾਂਗੇ ਅਤੇ ਸਾਨੂੰ ਜਿਹੜਾ ਇਨਸਾਫ ਹੈ ਉਹ ਦਿੱਤਾ ਜਾਵੇ। ਪਿੰਡ ਮਰਾਦਪੁਰਾ ਰਾਮਪੁਰਾ ਆਬਾਦੀ ਫਤਿਹਗੜ੍ਹ ਚੂੜੀਆਂ ਰੋਡ, ਮਾਮਲਾ ਸਾਡੇ ਪਿੰਡ ਦੇ ਗੁਰਦੁਆਰੇ ਸਾਹਿਬ ਦਾ ਜੀ, ਜੋ ਕਿ ਸ਼੍ਰੋਮਣੀ ਕਮੇਟੀ ਨੇ 25 ਸਾਲਾਂ ਦਾ ਉੱਥੇ ਕਬਜ਼ਾ ਕੀਤਾ, ਹਜੇ ਤੱਕ ਉੱਥੇ 1 ਰੁਪਈਆ ਵੀ ਨਹੀਂ ਦਿੱਤਾ। ਉਸ ਤੋਂ ਬਾਅਦ ਅਸੀਂ ਆਪਣੀ ਇੱਕ ਲੋਕਲ ਕਮੇਟੀ ਬਣਾਈ,
कोर्ट तो स्टे लिया जी उ 14-15 किले जमीन है वह असी स्टे लिया उतो स्टे लैन तो बाद अं मैनेजर साहब न अज तो 2 महीने पहला फोन किया उन्होंने साड़ी कोई सुनवाई नहीं की कल अं दोबारा उन्होंने फोन किया उन्होंने कोई सुनवाई नहीं की अं सारा नगर उठा हो तो मैनेजर साहब आए साढ़े को उन्होंने साड़ी पूरी गलबात हुई है साढ़े को 2 घंटे का टाइम लै गए 2 घंटे बाद पूरी बस भर के मैं तो वैसे श्रोमणी कमेटी को इदा नहीं कहना चाहता पर जी गुंडिया की बस शामी भर के लियाए न वो इन्होंने साढ़े ना बहुत एक निंदन योग गल है इदा नहीं होना चाहिए अं मैनेजर साहब को आनिया कुर्सी दिती उस तो बाद जो कल फिर प्रशासन आया साढ़े को इतों प्रशासन SHO साहब आए उन्होंने आके आख्या कि कोई गल नहीं तुसीं सवेरे 11 बजे का टाइम रखो असी हुण सवेरे पूरा नगर इत्थे कंबोर थाने दे विच घर आए हैं अज भी इन्होंने सानू कागजी पत्री एक इदा की गोली देती है कि तुहाडे नाल कुछ भी नहीं है जबकि 5 साल जिन्होंने एक रुपया भी उत्थे नहीं लाया तुम मौके पर जाके वेख सकते हो जिन्ना भी गुरद्वारे साहब का हुण तक काम चलिया वो सारा पिंड की सर्वसम्मति दे नाल कट्ठा पैसा को पिंडों करके दिता सारा हुण भी अगले 1 हफ्ते का सानू टाइम जिहड़ा SHO साहब ने दिता गया लेकिन हजे तक सानू कोई इंसाफ नहीं मिलिया ये असी स्टे लिया जी जिहड़ा कोर्ट तो यह कोर्ट के स्टे नूं मानदे नहीं है जी स्टे जी अं कमेटी बनाई स्टे ने आख्या कि तुम ये पैली रख सकते हो अं चाहते हैं कि जी गोलक और जो ठेके का पैसा वो सारा कट्ठा करके तो गुरुद्वारे साहब से लाया जाए बस साड़ी यही मांग देना नहीं चाहते पिंड रामपुरे श्रोमणी गुरुद्वारा प्रबंधक कमेटी की मालकी वाली जमीन जिस गुरद्वारा साहब बनया होया गुरद्वारा साहब दी मालकी अते जमीन श्रोमणी गुरद्वारा प्रबंधक कमेटी की है जिसका प्रबंध भी श्रोमणी गुरद्वारा प्रबंधक कमेटी कर रही है 2005 तो श्रोमणी गुरद्वारा प्रबंधक कमेटी ने यदा प्रबंध जिहड़ा संभालिया सिख जुडिशियल कमीशन के ऑर्डरों तो बाद गुरद्वारा सतलाणी साहब पातशाही 6वीं दे अंडरे सारा प्रबंध 2005 तो आ गया उस तो पहलों गुरद्वारा सतलाणी साहब दी लोकल कमेटी दी मालकी सी उस तो बाद इस जमीन का इंतकाल श्रोमणी गुरद्वारा प्रबंधक कमेटी के नाम पर हो गया जिसका नोटिफिकेशन भी भारत सरकार ने जिहड़ा श्रोमणी कमेटी के हक विच कर दिता हुण ये मसला पिंड की पंचायत जिन्हां 2022 विच एक सोसाइटी बना के तो गुरद्वारा साहब की जमीन उपर अते गुरद्वारा साहब के प्रबंध च दखलदाजी करन की कोशिश कर रहे सी जिस बाबत श्रोमणी गुरद्वारा प्रबंधक कमेटी वालों थाना कंबू विखे दरखास्त दिती गई सी दोवां धिरां नूं अज बुलाया गया सी पिंड की जिहड़ी आ संगत उन्हां वल्लों हुण टाइम लिया गया कि असी अपने सोमवार को वकील साहब नूं लैके आवांगे फिर इस गल का जिहड़ा फैसला किया जाए पुलिस ने टाइम सोमवार का देता जी कि सोमवार को जिहड़ा वो अपना वकील साहब नूं नाल लैके आउणगे तैयारी नहीं हुई गुरद्वारा साहब की उस जमीन उपर गुरद्वारा साहब की जिहड़ी है जी तैयारी की गल आ गुरद्वारा साहब की जिहड़ा सेवा बाबा जैब सिंह जी गुरु के बाग वाले दिती गई है जदों उन्होंने सेवा दिती गई सी उदों उन्होंने लिखा सी कि गुरद्वारा साहब के उत्ते जिन्ना भी मटीरियल लगेगा वो बाबा जी देंगे पर हुण जदों नीहां भरिया गई पिलर खड़े हो गए हुण बाबा जी ने मंग की है कि सानू मटीरियल प्रोवाइड किया जाए वो मंग श्रोमणी गुरद्वारा प्रबंधक कमेटी के दफ्तर को पुजी है तो हुण 12 तरीक में एग्जैक्टिव की मीटिंग है तो उहदे विच प्रवानगी उहदी दे दित्ती जाऊगी तो सारा मटीरियल जिहड़ा वह गुरदे इन्हां नूं प्रोवाइड किया जाऊगा तो मैं इत्थे दसना चाहुंदा कि गुरद्वारे दी साहब दी जिहड़ी मुकम्मल जिहड़ी इमारत आ उत्ते 1 करोड़ तों 1.25 करोड़ रुपये का खर्चा होना तो श्रोमणी गुरद्वारा प्रबंधक कमेटी करेगी जो प्रबंध इन्हों का तो खर्चा भी इन्हें करना जिम्मेवारी इन्हों की है श्रोमणी गुरद्वारा प्रबंधक कमेटी बनाएगी हाँ शहीद बाबा सुर सिंह जी का गुरद्वारा पिंड रामपुरा के स्थित है जी महाराज की बड़ी कृपा उस गुरद्वारा साहब तो उस गुरद्वारा साहब की कोई अपनी खुद की जमीन भी हैगी है जो ये प्रबंध सिरा श्रोमणी कमेटी इसका वेख रही है पिछले 15-20 साल तो जिस संबंधी पिंड
जिहड़े पिंड दे लोकल बंदे आ उन्हां नूं इतराज़ सी कि जिहड़ा वा श्रोमणी कमेटी दा प्रबंध जिहड़ा वा सही तरीके नाल जिहड़ा नहीं निभा रही, तां गुरद्वारा साहिब दे विच जिहड़ी नवीं इमारत बण रही आ सहयोग घट पा रही है। इस संबंधी उन्हां ने थोड़ा जिहा कल इकट्ठे बंदे होए सी गुरद्वारा साहिब दे विच, इस संबंधी मैं कल मौका ते गया सी ते मौका ते जा के मैं स्थिति नूं वेख्या। दोवां पार्टियां ने गुरू महाराज नूं मन्नण वालियां पार्टियां वा, गुरू मर्यादा दी ध्यान विच रखदे आ, किसे वी पार्टी ने कोई इहो जिही हुल्लड़बाजी वाली कोशिश नहीं की। तो जिहड़ा उन्हां नूं अज दा टाइम दित्ता सी इत्थे अज साडे ऑफिस दे विच बाहर बुला के उन्हां ने डाकूमेंट्स चैक किए आ, डाकूमेंट्स आधार ते उन्हां नूं कहा वी तुसीं अपनी कानूनी लड़ाई लड़ो, इस संबंध विच किसी ने भी कोई अपने तौर ते सीधे तौर ते कोई दखलंदाजी नहीं की करनी। हाल दी घड़ी कोई ला एंड आर्डर दी स्थिति जिहड़ी आ उह बिल्कुल स्थिर आ, कोई भी परेशानी वाली गल नहीं गी। फिर भी जो उन्हां नूं मंडे दा टाइम दिता गया वा उस मुताबक इन्हां दे डाकूमेंट्स वेख के जो भी होएगा उस हिसाब नाल अगली नैक्सट कार्रवाई की जाएगी।